ਸ੍ਰੀ ਅਕਾਲ ਦੋਸਤੋ ਚੈਨਲ ਪੰਜਾਬ న్యూਸ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਆਖਰ ਲਾਰੈਂਸ ਬਸਨੋਈ ਨੇ ਕੈਨੇਡਾ ਚੋਂ ਬੈਠੇ ਗੋਲਡੀ ਬਰਾੜ ਦੇ ਦਸਤੇ ਸਾਰੇ ਟਿਕਾਣੇ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਇਸ ਵਾਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਪੰਜਾਬ ਪੁਲਿਸ ਦੀ ਇੱਕ ਸਟੱਡੀ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਦੇ ਸਾਥੀ 골ਡੀ ਬਰਾੜ ਨੇ ਟਿਕਾਣਿਆਂ ਦੇ ਬਾਰੇ ਜਾਣਕਾਰੀ ਦਿੱਤੀ ਆ 골ਡੀ ਉਰਫ ਸਤਿੰਦਰਜੀਤ ਇਸ ਸਮੇਂ ਕੈਨੇਡਾ ਦੇ ਵਿੱਚ ਹੈ ਇੰਟਰਪੋਲ ਨੇ 골ਡੀ ਦੇ ਖਿਲਾਫ ਰੈੱਡ ਕਾਰਡਰ ਨੋਟਿਸ ਜਾਰੀ ਕਰ ਦਿੱਤਾ ਹੈ ਫਿਲਹਾਲ ਪੁਲਿਸ ਨੇ ਲਾਰੈਂਸ ਦੇ ਵੱਲੋਂ ਦੱਸੇ ਸਹੀ ਪਤੇ ਬਾਰੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਇਹ ਵੀ ਖੁਲਾਸਾ ਹੋਇਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਹੀ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ ਉਦੋਂ ਚਾਰ ਵਿਅਕਤੀ ਮਾਨਸਾ ਦੇ ਪਿੰਡ ਰੱਲਾ ਵਿੱਚ ਰਹਿ ਰਹੇ ਸਨ ਇਹ ਚਾਰੇ ਸ਼ਾਰਪ ਸ਼ੂਟਰ ਹੋ ਸਕਦੇ ਨੇ ਪੁਲਿਸ ਨੇ ਉਹਨਾਂ ਨੂੰ ਫੜਨ ਵਾਲੇ ਗੈਂਗਸਟਰ ਮਨਮੋਹਨ ਸਿੰਘ ਮੂਣਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਹੈ ਤੁਹਾਨੂੰ ਦੱਸ ਦਈਏ ਕਿ ਜਨਵਰੀ ਦੇ ਵਿੱਚ ਆਏ ਸਨ ਬਦਮਾਸ਼ ਗੈਂਗਸਟਰ ਸ਼ਾਹਰੁਖ ਨੇ ਖੁਲਾਸਾ ਕੀਤਾ ਹੈ ਪੁਲਿਸ ਜਾਂਚ ਦੇ ਅਨੁਸਾਰ ਚਾਰ ਬਦਮਾਸ਼ ਜਨਵਰੀ ਮਹੀਨੇ ਚ ਮਾਨਸਾ ਪਹੁੰਚੇ ਸਨ ਚਾਰੋਂ ਮੂਹਣਾ ਦੇ ਘਰ ਵਿੱਚ ਠਹਿਰੇ ਸਨ ਫਿਰ ਮੂਹਣਾ ਨੇ ਵੀ ਚੂਣਾ ਵੇਲੇ ਮੂਸੇਵਾਲਾ ਦੀ ਰੇਕੀ ਕੀਤੀ ਸੀ ਇਹ ਚਾਰੇ ਬਦਮਾਸ਼ ਵੱਖ-ਵੱਖ ਸਮੇਂ ਤੇ ਮੂਸੇਵਾਲਾ ਨੂੰ ਮਿਲਨ ਵੀ ਆਏ ਸਨ ਹਾਲਾਂਕਿ ਉਸ ਸਮੇਂ ਮੂਸੇਵਾਲਾ ਚੂਣਾ ਦੇ ਵਿੱਚ ਮੌਜੂਦ ਸੀ ਜਿਸ ਕਰਕੇ ਉਸ ਨੂੰ 1K47 ਵਾਲੇ ਕਮਾਂਡੋ ਦਿੱਤੇ ਸਨ ਪਾਇਲਟਸ ਜਿਪਸੀ ਮਿਲੀ ਹੋਈ ਸੀ ਤੁਹਾਨੂੰ ਦੱਸ ਦਈਏ ਕੀ ਮੂਣਾ ਟਰੱਕ ਯੂਨੀਅਨ ਦਾ ਪ੍ਰਧਾਨ ਰਹਿ ਚੁੱਕਾ ਜੀ ਮੂਸੇ ਤੋਂ ਪੰਜਾਬ ਅਤੇ ਹਰਿਆਣਾ ਵੱਲ ਭੱਜਣ ਦੇ ਸਾਰੇ ਰਸਤਿਆਂ ਦੀ ਜਾਣਕਾਰੀ ਦਿੱਤੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਮੂਸੇਵਾਲਾ ਦੇ ਕਤਲ ਕਰਨ ਤੋਂ ਬਾਅਦ ਸ਼ਾਰਪ ਸ਼ੂਟਰਾਂ ਨੂੰ ਭੱਜਣ ਦੇ ਲਈ ਰੂਟ ਪਲਾਨ ਤਿਆਰ ਕੀਤਾ ਹੁਣ ਲਾਰੈਂਸ ਦੇ ਸਾਹਮਣੇ ਬੈਠ ਕੇ ਉਸ ਤੋਂ ਪੁੱਛ ਕੇ ਚ ਹੋਵੇਗੀ ਦੁਸ਼ਮਣੀ ਤਾਂ ਪਹਿਲਾਂ ਹੀ ਸੀ ਮੱਡੂਕੇੜਾ ਦੇ ਕਤਲ ਤੋਂ ਬਾਅਦ ਵੱਧੀ ਸਰਗਰਮੀ ਲਾਰੈਂਸ ਗਰੁੱਪ ਦੀ ਮੂਸੇਵਾਲਾ ਦੇ ਨਾਲ ਪਹਿਲਾਂ ਹੀ ਦੁਸ਼ਮਣੀ ਸੀ ਮੂਸੇਵਾਲਾ ਨੇ ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਸੀ ਲਾਰੈਂਸ ਗਰੁੱਪ ਨੇ ਕੁਝ ਸਮਾਗਮਾਂ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਸੀ ਮੂਸੇਵਾਲਾ ਨੇ ਉਸ ਦੀ ਗੱਲ ਨਹੀਂ ਸੁਣੀ ਲਾਰੈਂਸ ਗਰੁੱਪ ਨੂੰ ਸ਼ੱਕ ਸੀ ਕਿ ਪ੍ਰੋਗਰਾਮ ਪ੍ਰੋਗਰਾਮ ਨੂੰ ਬੰਬੀਹਾ ਗਰੁੱਪ ਦਾ ਸਮਰਥਨ ਸੀ ਹਾਲਾਂਕਿ ਉਦੋਂ ਤੱਕ ਸਿਰਫ ਧਮਕੀਆਂ ਤੱਕ ਹੀ ਸੀਮਤ ਸੀ ਜਦ ਮੋਹਾਲੀ ਵਿੱਚ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਸੀ ਉਸ ਤੋਂ ਬਾਅਦ ਲਾਰੈਂਸ ਗਰੁੱਪ ਦੀ ਸਰਗਰਮੀ ਵਧੀ ਸੀ ਤੇ ਲਾਰੈਂਸ ਇਕ 골ਡੀ ਬਰਾੜ ਸਿਗਨਲ ਐਪ ਰਾਹੀਂ ਕਤਲ ਦੀ ਸਾਜ਼ਿਸ਼ ਰਚਦੇ ਰਹੇ ਸਨ ਲਾਰਸਤਾ ਪ੍ਰਾ ਅਨਮੋਲ ਵਿਕਰਮ ਬਰਾੜ ਅਤੇ ਸਚਨਤਾਪਰ ਵੀ ਸ਼ਾਮਲ ਹਨ ਧੰਨਵਾਦ